ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਭਗਤ ਨਾਮਦੇਵ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਆਪਣੇ ਪਾਵਨ ਸ਼ਬਦ ਚੌਥੇ ਦੇ ਰਾਹੀਂ ਕਿਰਪਾ ਕਰਕੇ ਫਰਮਾ ਰਹੇ ਹਨ। ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਅਤੇ ਗਿਆਨ ਦੇਵ ਜੀ ਦਾ ਆਪਸ ਵਿੱਚ ਸੰਵਾਦ ਹੈ। ਇੱਕ ਦਿਨ ਭਗਤ ਨਾਮਦੇਵ ਜੀ ਨੂੰ ਸੰਸਾਰ ਦੀ ਬਣਤਰ ਬਾਰੇ ਸੰਕਲਪ ਪੈਦਾ ਹੋਇਆ ਕਿ ਸੰਸਾਰ ਦੀ ਰਚਨਾ ਪਰਮੇਸ਼ਰ ਨੇ ਕਿਸ ਤਰੀਕੇ ਨਾਲ ਕੀਤੀ ਹੈ। ਇਹ ਗੱਲ ਜਾਣਨ ਲਈ ਆਪਣੇ ਸਿੱਖਿਆ ਦਾਤੇ ਬ੍ਰਹਮ ਬੇਤੇ ਗਿਆਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਗੁਰਦੇਵ ਜੀ, ਸੰਸਾਰ ਦੀ ਉਤਪਤੀ ਕਿਸ ਤਰੀਕੇ ਨਾਲ ਹੋਈ ਹੈ। ਤਾਂ ਜੋ ਗਿਆਨ ਦੇਵ ਜੀ ਨੇ ਕਿਹਾ, ਉਸ ਨੂੰ ਭਗਤ ਨਾਮਦੇਵ ਜੀ ਆਪਣੀ ਬਾਣੀ ਦੁਆਰਾ ਉਚਾਰਨ ਕਰਕੇ ਦੱਸ ਰਹੇ ਹਨ। ਪਹਿਲਾਂ ਪੁਰਾਣਕ ਮਤ ਅਨੁਸਾਰ ਕਥਨ ਕਰਦੇ ਹਨ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾਂ ਪੁਰੀਏ ਪੂਰਨ ਨਿਰਾਕਾਰ ਬ੍ਰਹਮ ਤੋਂ ਸਰਗੁਣ ਸਰੂਪ ਮਹਾਂਵਿਸ਼ਨੂੰ ਦੀ ਉਤਪਤੀ ਹੋਈ। ਫਿਰ ਮਹਾਂਵਿਸ਼ਨੂੰ ਦੀ ਨਾਭੀ ਵਿੱਚੋਂ ਪੁੰਡਰਕ ਕਮਲ ਫੁੱਲ ਵਨਾ ਬਣਿਆ। ਤਾ ਚੇ ਹੰਸਾ ਸਗਲੇ ਜਨਾ, ਤਾ ਕਹੀ ਉਸ ਕਵਲ ਫੁੱਲ ਚੇ ਹੁੰਦਾ ਤੂੰ, ਹੰਸਾ ਹੰਸ ਦੀ ਅਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ। ਅਤੇ ਫਿਰ ਬ੍ਰਹਮਾ ਤੋਂ ਸਾਰੇ ਜਨਾ ਜੀਵ ਭਾਵ ਸ੍ਰਿਸ਼ਟੀ ਪੈਦਾ ਹੋਈ। ਮਰਾਠੀ ਬੋਲੀ ਵਿੱਚ ਤੂੰ ਨੂੰ ਚੇ ਕਹਿੰਦੇ ਹਨ। ਵੇਦਾਂਤ ਮਤ ਅਨੁਸਾਰ ਇਸ ਪ੍ਰਕਾਰ ਕਥਨ ਹੈ, ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ। ਇਹ ਸ੍ਰਿਸ਼ਟੀ ਕ੍ਰਿਸ਼ਨਾ ਮਾਇਆ ਤੋਂ ਪੈਦਾ ਹੋਈ, ਜਾਨਉ ਜਾਨਣਾ ਕਰ। ਜਦੋਂ ਮਾਇਆ ਦਾ ਹਰ ਪਰਮੇਸ਼ਰ ਨਾਲ ਕਲਪ ਦਾਮਿਕ ਸੰਬੰਧ ਹੋਇਆ ਤਾਂ ਹਰੇਕ ਪ੍ਰਕਾਰ ਦੀ ਅੰਡਜਾਦ ਜੋ ਨਾਚਨਾ ਨਿਰਤਕਾਰੀ ਕਰਨ ਵਾਲੀ ਚੇਸ਼ਟਾ ਕਰਨ ਵਾਲੀ ਸ੍ਰਿਸ਼ਟੀ ਹੈ, ਇਹ ਚੇਤਨ ਨੂੰ ਪਾ ਕੇ ਨਾਚੰਤੀ ਨੱਚਣ ਭਾਵ ਹਰਕਤ ਕਰਨ ਲੱਗ ਪਈ। ਭਾਵ ਪਰਮੇਸ਼ਰ ਨੇ ਮਾਇਆ ਸਭ ਲੋ ਕੇ ਸ੍ਰਿਸ਼ਟੀ ਰਚੀ ਹੈ। ਸਿਮਰਤੀਆਂ ਅਤੇ ਉਪਨਿਸ਼ਦਾਂ ਦੇ ਮਤ ਅਨੁਸਾਰ ਕਥਨ ਕਰਦੇ ਹਨ, ਪਹਿਲਾਂ ਪੁਰਸਾ ਪੁਰਖ ਪਰਮੇਸ਼ਰ ਤੋਂ ਬਿਰਾ ਬਾਣੀ ਪੈਦਾ ਹੋਈ ਕਿ ਮੈਂ ਇੱਕ ਤੋਂ ਅਨੇਕ ਰੂਪ ਹੋਵਾਂ। ਅਥੋਨ ਪੁਰਸਾ ਦਮਰਾ, ਉਸ ਤੋਂ ਅਥੋਨ ਉਪਰੰਤ ਪੁਰਸਾ ਪੁਰਖ ਭਾਵ ਪਰਮੇਸ਼ਰ ਤੋਂ ਜੀਵਾਂ ਨੂੰ ਦਬਾਉਣ ਵਾਲੀ ਦਮਰਾ ਮਾਇਆ ਸੰਸਾਰ ਵਿੱਚ ਪ੍ਰਵਿਰਤ ਹੋਈ। ਅਸਗਾ ਇਸ ਪੁਰਖ ਵਿੱਚ ਅਸਤ ਜੜ ਦੁੱਖ ਰੂਪ ਮਾਇਆ ਕਰਕੇ ਖੱਡ ਵਿਕਾਰ ਅਸ ਅਤੇ ਉਸਗਾ ਉਸ ਸਤ ਚਿੱਤ ਆਨੰਦ ਸਰੂਪ ਈਸ਼ਰ ਵਿੱਚ ਮਾਇਆ ਸ਼ਕਤੀ ਕਰਕੇ ਛੇ ਗੁਣ ਪੈਦਾ ਹੋ ਗਏ, ਅਰਥਾਤ ਚੇਤਨ ਬ੍ਰਹਮ ਦਾ ਸ਼ੁੱਧ ਸਤੋ ਗੁਣ ਵਿੱਚ ਪ੍ਰਤੀਬਿੰਬ ਪੈਣੇ ਕਰਕੇ ਈਸ਼ਰ ਦਾ ਸਰੂਪ ਬਣਿਆ ਅਤੇ ਮਲਨ ਸਤ ਅੰਸ਼ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪੈਣੇ ਕਰਕੇ ਜੀਵ ਪੈਦਾ ਹੋਇਆ। ਈਸ਼ਵਰ ਦੇ ਸਰੂਪ ਵਿੱਚ ਸ਼ੁੱਧ ਸਤ ਅਸ਼ ਪ੍ਰਧਾਨ ਹੋਣੇ ਕਰਕੇ ਖੱਟ ਗੁਣ ਅਤੇ ਜੀਵ ਵਿੱਚ ਮਲਨ ਸਤ ਅੰਸ਼ ਹੋਣੇ ਕਰਕੇ
ਤਮੋ ਗੁਣ ਦੀ ਅਧਿਕਤਾ ਦੇ ਕਾਰਨ ਖੱਟ ਵਿਕਾਰ ਪੈਦਾ ਹੋ ਗਏ। ਸੋ ਈਸ਼ਵਰ ਦੇ ਵਿੱਚ ਮਾਇਆ ਸਬਲ ਦੇ ਕਾਰਨ ਇਹ ਕਿਹੜੇ 6 ਗੁਣ ਹਨ ਉਹ ਆਪ ਜੀ ਨਾਲ ਸਾਂਝੇ ਕਰਦੇ ਹਾਂ। ਪਹਿਲਾ, ਜੀਵਾਂ ਦੀ ਉਤਪਤੀ ਕਰਨੀ। ਦੂਜਾ, ਪਾਲਣਾ ਕਰਨੀ। ਤੀਜਾ ਹੈ ਲੈਤਾ ਕਰਨੀ। ਚੌਥਾ, ਅੰਤਰ ਜਾਮਤਾ। ਪੰਜਵਾਂ, ਕਰਮਾਂ ਅਨੁਸਾਰ ਫਲ ਦੇਣਾ। ਅਤੇ 6ਵਾਂ, ਜੂਨਾਂ ਦੀ ਤਬਦੀਲੀ ਕਰਨੀ। ਇਹ ਮਾਇਆ ਸਬਲ ਈਸ਼ਵਰ ਵਿੱਚ ਮਾਇਆ ਦੀ ਉਪਾਧੀ ਕਰਕੇ 6 ਗੁਣ ਹਨ। ਅਵਿੱਦਿਆ ਕਰਕੇ ਜੀਵ ਦੇ ਖੱਟ ਵਿਕਾਰ ਹਨ ਜਿਹੜੇ, ਉਹ ਵੀ ਆਪ ਜੀ ਨਾਲ ਸਾਂਝ ਪਾਉਂਦੇ। ਪਹਿਲਾ ਜੰਮਣਾ, ਦੂਜਾ ਮਰਨਾ, ਇਹ ਸਥੂਲ ਸਰੀਰ ਦਾ ਸੁਭਾਅ ਹੈ। ਤੀਜਾ ਹਰਖ, ਚੌਥਾ ਸੋਗ, ਇਹ ਮਨ ਦਾ ਸੁਭਾਅ ਹੈ। ਪੰਜਵਾਂ ਭੁੱਖ, 6ਵਾਂ ਪਿਆਸ, ਇਹ ਪ੍ਰਾਣਾਂ ਦਾ ਧਰਮ ਹੈ। ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ। ਹਰ ਪਰਮੇਸ਼ਰ ਦਾ ਹੀ ਇਹ ਸੰਸਾਰ ਰੂਪੀ ਬਾਗਰਾ ਬਗੀਚਾ ਪੈਦਾ ਕੀਤਾ ਹੋਇਆ ਹੈ। ਇਹ ਇਉਂ ਚੇਸਤਾ ਕਰ ਰਿਹਾ ਜਿਸ ਤਰ੍ਹਾਂ ਹਰਟ ਦੀਆਂ ਟਿੰਡਾਂ ਵਿੱਚ ਸਾਗਰਾ ਪਾਣੀ ਨੱਚਦਾ ਹੈ, ਇਸੇ ਤਰ੍ਹਾਂ ਜੀਵ ਰੂਪ ਟਿੰਡਾਂ ਵਿੱਚ ਪਰਮੇਸ਼ਰ ਦਾ ਚੇਤਨ ਸੱਤਾ ਰੂਪੀ ਜਲ ਨੱਚ ਰਿਹਾ। ਈਸ਼ਰ ਦਾ ਸੰਸਾਰ 3 ਗੁਣਾ ਰੂਪ ਹਰਟਾਂ ਦਾ ਬਣਾਇਆ ਹੋਇਆ ਹੈ ਅਤੇ ਕਾਰਨ ਸੂਖਮ ਅਸਥੂਲ ਦੇਹਾਂ ਵਿੱਚ ਈਸਰ ਪਾਣੀ ਦੀ ਨਿਆਈ ਚੇਸ਼ਟਾ ਕਰ ਰਿਹਾ, ਰਹਾਓ ਬਿਸਰਾਮ ਦੀ ਕੇ ਕਿਰਪਾ ਕਰ ਰਿਹਾ। ਨਾਚੰਤੀ ਗੋਪੀ ਜੰਨਾ। ਕਈਆਂ ਦਾ ਮਤ ਹੈ ਕਿ ਗੋਪੀ ਇਸਤਰੀ ਸਤ ਰੂਪਾਂ ਅਤੇ ਜੰਨਾ ਪੁਰਖ ਸੱਭੂ ਮੁਨ ਤੋਂ ਇਹ ਨਾਚੰਤੀ ਨੱਚਣ ਭਾਵ ਨਿਰਤਕਾਰੀ ਕਰਨ ਵਾਲੀ ਸ੍ਰਿਸ਼ਟੀ ਪੈਦਾ ਹੋਈ। ਮੁਸਲਮਾਨਾਂ ਦੇ ਮਤ ਅਨੁਸਾਰ ਜੰਨਾ ਪੁਰਖ ਭਾਵ ਬਾਵਾ ਆਦਮ ਅਤੇ ਗੋਪੀ ਇਸਤਰੀ ਅੰਮਾ ਹਵਾ ਕਰਕੇ ਮੈਥਨ ਸ੍ਰਿਸ਼ਟੀ ਪੈਦਾ ਹੋਈ। ਫਿਰ ਨਾਮਦੇਵ ਜੀ ਕਹਿਣ ਲੱਗੇ ਕਿ ਤੁਸੀਂ ਅਨੇਕ ਤਰ੍ਹਾਂ ਕਰਕੇ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਫਿਰ ਇਹ ਨਿਸ਼ਚਾ ਕਿਵੇਂ ਹੋਵੇ ਕਿ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ ਆ? ਤਾਂ ਗਿਆਨ ਦੇਵ ਜੀ ਕਹਿਣ ਲੱਗੇ, ਹੇ ਨਾਮਦੇਵ ਜੀ, ਜਿਵੇਂ ਕਾਗਜ਼ਾਂ 'ਤੇ ਕਾਨਿਆਂ ਦਾ ਹਾਥੀ ਬਣਾ ਕੇ ਵਿੱਚ ਬਰੂਦ ਭਰਦੀ, ਉਸ ਬਣੇ ਹੋਏ ਹਾਥੀ ਦੇ ਭਾਵੇਂ ਕੰਨ ਮੂੰਹ ਆਦਿ ਵਿੰਗੇ ਟੇਢੇ ਵੀ ਹੋਣ, ਉਹ ਕੇਵਲ ਦਿਖਾਉਣ ਵਾਸਤੇ ਹੀ ਹੁੰਦਾ ਹੈ, ਕਿਉਂਕਿ ਅਖੀਰ ਨੂੰ ਬਰੂਦ ਨੂੰ ਅੱਗ ਲਗਾ ਕੇ ਉਡਾ ਹੀ ਦੇਈਦਾ ਹੈ। ਇਸੇ ਪ੍ਰਕਾਰ ਹੇ ਨਾਮਦੇਵ, ਤੇਰੇ ਸਮਝਾਉਣ ਵਾਸਤੇ ਹੀ ਅਨੇਕ ਪ੍ਰਕਾਰ ਦੀ ਸ੍ਰਿਸ਼ਟੀ ਦੀ ਰਚਨਾ ਦੱਸੀ ਹੈ। ਵਾਸਤਵ ਵਿੱਚ ਕੋਈ ਵੀ ਚੀਜ਼ ਨਹੀਂ ਹੈ। ਗਿਆਨ ਦੀ ਪ੍ਰਾਪਤੀ ਹੋਣ ਤੋਂ ਮਗਰੋਂ ਇਸ ਦ੍ਰਿਸ਼ਟਮਾਨ ਰਚਨਾ ਨੇ ਆਪੇ ਹੀ ਉੱਡ ਜਾਣਾ ਹੈ। ਫਿਰ ਅੱਗੇ ਗਿਆਨਦੇਵ ਜੀ ਕਹਿਣ ਲੱਗੇ, ਨਾਮਦੇਵ, ਸਾਡਾ ਨਿਸ਼ਚਾ ਤਾਂ ਇਹ ਹੈ, ਨਈਆ ਤੇ ਬੈਰੇ ਕੰਨਾ। ਨਈਆ ਨਿਯੰਤਾ ਭਾਵ ਪ੍ਰੇਰਨਾ ਕਰਨ ਵਾਲੇ ਪਰਮੇਸ਼ਰ ਦੀ ਚੇਤਨ ਸੱਤਾ ਤੋਂ ਬੈਰੇ ਬਗੈਰ ਕੰਨਾ ਕੋਈ ਵੀ ਨਹੀਂ ਹੈ। ਬੈਰ ਏਕ ਨਾ, ਏਕ ਇੱਕ ਪਰਮੇਸ਼ਰ ਤੋਂ ਬੈਰ ਬਗੈਰ ਹੋਰ ਕੋਈ ਵੀ ਨਾ ਕਹੀਏ ਨਹੀਂ ਹੈ, ਭਾਵ ਉਸਦੀ ਸੱਤਾ ਤੋਂ ਬਗੈਰ ਕੋਈ ਵੀ ਚੀਜ਼ ਹਰਕਤ ਨਹੀਂ ਕਰ ਸਕਦੀ। ਤਰਕ ਨਾ ਚਾ। ਹੇ ਨਾਮਦੇਵ, ਤੂੰ ਸਾਡੇ ਕਥਨ 'ਤੇ ਕੋਈ ਤਰਕ ਸ਼ੰਕਾ ਨਾ ਉਠਾਉਣਾ ਕਰ, ਕਿਉਂਕਿ ਆਪੋ ਆਪਣੇ ਮਤ ਅਨੁਸਾਰ ਮਤਾਂ ਵਾਲਿਆਂ ਨੇ ਸ੍ਰਿਸ਼ਟੀ ਦਾ ਵੱਖਰਾ ਵੱਖਰਾ ਵਰਣਨ ਕੀਤਾ। ਇਹ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ, ਹੇ ਗੁਰਦੇਵ ਜੀ, ਤਰਕ ਨਹੀਂ ਕਰਦਾ ਪਰ ਭਰਮੀਆਂ ਚਾ, ਮੇਰੇ ਹਿਰਦੇ ਵਿੱਚ ਭਰਮ ਚਾਕ ਹੀ ਉੱਠ ਰਿਹਾ ਹੈ।
ਇਸ ਕਰਕੇ ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ। ਹੇ ਕੇਸਵਾ ਪਰਮੇਸ਼ਰ ਰੂਪ ਗੁਰਦੇਵ ਜੀ, ਮੈਨੂੰ ਭਰਮ ਕਰਕੇ ਪਏ ਜੰਮਣ ਮਰਨ ਦੇ ਗੇੜ ਵਿੱਚੋਂ ਆਤਮਕ ਗਿਆਨ ਦਾ ਉਪਦੇਸ਼ ਦੇ ਕੇ ਬਚਾਉਨੀ ਕਹੀਏ ਬਚਾਉਣਾ ਕਰੋ, ਕਿਉਂਕਿ ਮਈਏ ਮੈਂ ਤਾਂ ਏਕ ਇੱਕ ਆਪ ਜੀ ਦੀ ਆਨ ਸ਼ਰਨ ਵਿੱਚ ਆਈਏ ਆਇਆ ਹਾਂ ਜੀਓ ਤੋਂ ਭਾਵ ਜੀ। ਤਾਂ ਗਿਆਨ ਦੇਵ ਜੀ ਕਹਿਣ ਲੱਗੇ ਕਿ ਨਾਮਦੇਵ, ਤੂੰ ਕਿਸ ਵਾਸਤੇ ਸਾਡੀ ਸ਼ਰਨ ਵਿੱਚ ਆਇਆ? ਤਾਂ ਨਾਮਦੇਵ ਜੀ ਨੇ ਕਿਹਾ, ਪਿੰਦੇ ਉਬਕਲੇ ਸੰਸਾਰਾ। ਹੇ ਗੁਰਦੇਵ, ਸੰਸਾਰਾ ਜਗਤ ਦੀ ਹਾਲਤ ਹਰਟ ਦੀਆਂ ਪਿੰਦੀ ਟਿੰਡਾਂ ਵਾਂਗੂ ਉਬਕਲੇ ਉਬ ਉੱਚੀ ਭਾਵ ਸੁਰਗ 'ਤੇ ਜੰਮਣ ਮਰਨ ਵਾਲੀ ਬਣੀ ਹੋਈ ਹੈ। ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਇਸ ਕਰਕੇ ਮੈਂ ਵੀ 84 ਲੱਖ ਜੂਨਾਂ 'ਚ ਭ੍ਰਮ ਭ੍ਰਮ ਕਹੀਏ ਭਰਮ ਦੇ ਮਨੁੱਖਾ ਜਨਮ ਪਾ ਕੇ ਤੁਮ ਤੁਹਾਡੇ ਦੁਆਰਾ ਦਰ ਚੇ ਹੁੰਦਾ ਅਤੇ ਆਤਮਕ ਗਿਆਨ ਪ੍ਰਾਪਤ ਕਰਨ ਜੰਮਣ ਮਰਨ ਦਾ ਕਾਰਨ ਸੰਸਾਰ ਰੂਪੀ ਆਲਾ ਘਰ ਹੈ, ਇਸ ਤੋਂ ਆਤਮਕ ਗਿਆਨ ਦਾ ਉਪਦੇਸ਼ ਦੇ ਕੇ ਨਿਵਾਰਣਾ ਬਚਾ ਲੈਣਾ ਕਰੋ ਜੀ, ਭਾਵ ਕਲਿਆਣ ਕਰੋ। ਇਸ ਵਾਸਤੇ ਆਪ ਜੀ ਦੀ ਸ਼ਰਨ ਆਇਆ ਹਾਂ। ਪਤਿਤ ਪਾਵਨ ਮਾਧੋ ਬਿਰਧ ਤੇਰਾ। ਹੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ ਜੀ, ਤੁਹਾਡਾ ਬਿਰਧ ਧਰਮ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ। ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਵੈ ਕਹੀਏ ਉਹ ਮੁਨ ਮੁਨੀ ਮੰਨਣਸ਼ੀਲ ਮਹਾਤਮਾ, ਧਨ ਧਨਤਾ ਦੇ ਯੋਗ ਹਨ, ਉਹ ਭਗਤ ਜਨ ਵੀ ਧਨਤਾ ਦੇ ਯੋਗ ਹਨ। ਹੇ ਮੇਰੇ ਹਰੀ ਪ੍ਰਭੂ ਜੀ, ਜਿਨ੍ਹਾਂ ਨੇ ਤੈਨੂੰ ਮੇਰਾ ਆਪਣਾ ਆਤਮਾ ਰੂਪ ਜਾਣ ਕੇ ਧਿਆਉਣਾ ਕੀਤਾ ਹੈ। ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਚਰਨਨ ਕੇ। ਹੇ ਗੋਬਿੰਦ ਪਰਮੇਸ਼ਰ ਜੀ, ਆਪ ਜੀ ਦੇ ਚਰਨਾਂ ਕਮਲਾਂ ਦੀ ਮੇਰਾ ਕਹੀਏ ਸਾਡੇ ਅੰਤਹਿ ਕਰਨ ਰੂਪੀ ਮਾਥੇ 'ਤੇ ਸ਼ਰਧਾ ਰੂਪੀ ਧੂੜੀ ਲਾਗੀਲੇ ਲੱਗੀ ਹੈ, ਪ੍ਰਾਪਤ ਹੋਈ ਹੈ। ਸੁਰ ਨਾਰ ਮੁਨ ਜਨ ਤਿਨਹੂੰ ਤੇ ਦੂਰ ਰਹਾਉ। ਸੁਰ ਦੇਵਤਿਆਂ ਨਰ ਮਨੁੱਖਾਂ ਅਤੇ ਮੁਨ ਮੰਨਣਸ਼ੀਲ ਜਨ ਪੁਰਖਾਂ ਤਿਨਹੂੰ ਉਹਨਾਂ ਤੋਂ ਹੰਗਤਾ ਵਾਲੇ ਸੁਭਾਅ ਕਾਰਨ ਚਰਨ ਧੂੜੀ ਦੂਰ ਹੈ, ਭਾਵ ਪ੍ਰਾਪਤ ਹੋਣੀ ਦੁਰਲੱਭ ਹੈ। ਜੋ ਸੁਰ ਦੇਵਤੇ ਨਰ ਮਨੁੱਖ ਅਤੇ ਮੁਨੀ ਜਨ ਹਨ, ਤਿਨਹੂੰ ਉਹ ਤਿਨ੍ਹਾਂ ਦੀ ਪਹੁੰਚ ਤੋਂ ਪਰੇ ਪਰਮੇਸ਼ਰ ਹੈ, ਉਸ ਦੇ ਚਰਨਾਂ ਦੀ ਧੂੜ ਮੇਰੇ ਮੱਥੇ 'ਤੇ ਪ੍ਰਾਪਤ ਹੋਈ ਹੈ, ਰਹਾਓ। ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਹਨ। ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ। ਹੇ ਮਾਧੋ ਮਾਇਆ ਦੇ ਧੋ ਪਤੀ ਪਰਮੇਸ਼ਰ, ਤੂੰ ਦੀਨ ਗਰੀਬਾਂ ਦਾ ਹਮਦਰਦ ਅਤੇ ਦਿਆਲੂ ਹੈ, ਦੁਖੀਆ ਅਤੇ ਦਿਆਲ ਦਇਆ ਕਰਨ ਵਾਲਾ ਹੈ, ਅਤੇ ਹੰਕਾਰੀ ਜੀਵਾਂ ਦੇ ਗਰਭ ਹੰਕਾਰ ਨੂੰ ਪਰਹਾਰੀ ਵਿਸ਼ੇਸ਼ ਕਰਕੇ ਨਾਸ਼ ਦੂਰ ਕਰਨ ਵਾਲਾ ਹੈ। ਚਰਨ ਸਰਨ ਨਾਮਾ ਬਲ ਤਿਹਾਰੀ। ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਜੀ, ਮੈਂ ਆਪ ਜੀ ਦੇ ਚਰਨਾਂ ਦੀ ਸਰਨ ਓਟ ਵਿੱਚ ਆਇਆ ਹਾਂ, ਅਤੇ ਤਿਹਾਰੀ ਤੁਹਾਡੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲ ਬਲਹਾਰ ਕੁਰਬਾਨ ਜਾਂਦਾ ਹਾਂ, ਆਪ ਜੀ ਦੀ ਵਡਿਆਈ ਤੋਂ ਬਲਹਾਰ ਜਾਂਦਾ ਹਾਂ। ਸੋ ਇੱਥੇ ਧਨਾਸਰੀ ਰਾਗਣੀ ਵਿੱਚ ਭਗਤ ਨਾਮਦੇਵ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ 5 ਸ਼ਬਦ ਸੰਪੂਰਨ ਹੋਏ ਹਨ। ਅੱਗੇ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਹਨ।
ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਹੁਣ ਧਨਾਸਰੀ ਰਾਗਣੀ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਭਗਤ ਰਵਿਦਾਸ ਜੀ ਕੀ ਭਾਵ ਭਗਤ ਰਵਿਦਾਸ ਜੀ ਦੀ ਬਾਣੀ ਲਿਖਾ ਰਹੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਸ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਹੈ ਕਿ ਭਗਤ ਰਵਿਦਾਸ ਜੀ ਨੂੰ ਪਿਛਲੇ ਜਨਮ ਵਿੱਚ ਬ੍ਰਹਮਚਾਰੀ ਹੋਣ ਦਾ ਗਿਆਨ ਹੋਣ ਕਰਕੇ ਹਰ ਵਕਤ ਪਰਮੇਸ਼ਰ ਦੇ ਸਿਮਰਨ ਵਿੱਚ ਲੱਗੇ ਰਹਿੰਦੇ ਸਨ। ਇੱਕ ਦਿਨ ਭਗਤੀ ਦੇ ਪ੍ਰਤਾਪ ਕਰਕੇ ਪਰਮੇਸ਼ਰ ਨੇ ਰਵਿਦਾਸ ਜੀ ਨੂੰ ਸਰਗੁਣ ਸਰੂਪ ਧਾਰਨ ਕਰਕੇ ਦਰਸ਼ਨ ਦਿੱਤੇ। ਜਦੋਂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੱਤੇ ਤਾਂ ਭਗਤ ਰਵਿਦਾਸ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਪਰੰਤੂ ਪਰਮੇਸ਼ਰ ਨੇ ਆਪਣੇ ਭਗਤ ਦੀ ਪ੍ਰੀਖਿਆ ਲੈਣ ਵਾਸਤੇ ਕੋਈ ਬਚਨ ਬਿਲਾਸ ਨਾ ਕੀਤੇ। ਜਦੋਂ ਕੋਈ ਵੀ ਬਚਨ ਨਾ ਕੀਤਾ ਤਾਂ ਰਵਿਦਾਸ ਜੀ ਨੇ ਬੇਨਤੀ ਰੂਪ ਵਿੱਚ ਸ਼ਬਦ ਉਚਾਰਨ ਕੀਤਾ, ਹਮਸਰ ਦੀਨ ਦਇਆਲ ਨ ਤੁਮਸਰ, ਅਬ ਪਤੀ ਯਾਰ ਕਿਆ ਕੀਜੈ। ਹੇ ਪਰਮੇਸ਼ਰ ਜੀ, ਹਮ ਸਾਡੇ ਭਾਵ ਮੇਰੇ ਸਰ ਸਦਰਸ਼ ਹੋਰ ਕੋਈ ਵੀ ਦੀਨ ਗਰੀਬ ਨਹੀਂ ਅਤੇ ਤੁਹਾਡੇ ਸਰ ਸਦਰਸ਼ ਹੋਰ ਕੋਈ ਵੀ ਦਿਆਲੂ ਨਹੀਂ, ਕਿਉਂਕਿ ਆਪ ਜੀ ਕਿਰਤ ਕਣਾਂ ਦੀ ਵੀ ਪਾਲਣਾ ਕਰਦੇ ਹੋ। ਅਬ ਹੁਣ ਆਪ ਜੀ ਮੇਰਾ ਹੋਰ ਪਤੀਆਰ ਪਰਤਾਵਾ ਪਤਿਆਉਣਾ ਕੀ ਕਰ ਰਹੇ ਹੋ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੋਰ ਤੁਹਾਡੇ ਸਰੂਪ ਲੱਖਣਾ ਵਾਲੇ ਸਤਨਾਮ ਰੂਪੀ ਮਿੱਠੇ ਬਚਨਾਂ ਉੱਤੇ ਮੋਰ ਮੇਰਾ ਮਨ ਮੰਨ ਗਿਆ ਹੈ, ਇਸ ਕਰਕੇ ਮੈਨੂੰ ਸੇਵਕ ਨੂੰ ਪੂਰਨ ਬ੍ਰਹਮ ਗਿਆਨ ਬ੍ਰਹਮਾਨੰਦ ਦੇਣਾ ਕਰੋ ਜੀ। ਹਉ ਬਲ ਬਲ ਜਾਓ ਰਮਈਆ ਕਾਰਨੇ। ਹੇ ਰਮਈਆ ਸਰਬ ਵਿਆਪਕ ਪਰਮੇਸ਼ਰ, ਆਪ ਜੀ ਦੀ ਪ੍ਰਾਪਤੀ ਕਾਰਨੇ ਵਾਸਤੇ ਮੈਂ ਰਵਿਦਾਸ ਮਨ ਬਾਣੀ ਸਰੀਰ ਕਰਕੇ ਬਲਹਾਰ ਕੁਰਬਾਨ ਜਾਂਦਾ ਹਾਂ। ਕਾਰਨ ਕਵਨ ਅਬੋਲ ਰਹਾਓ। ਹੇ ਪਰਮੇਸ਼ਰ ਜੀ, ਆਪ ਜੀ ਪ੍ਰੇਮ ਦੇ ਵਸ ਸਾਖਿਆਤ ਤਾਂ ਹੋ ਗਏ, ਦਰਸ਼ਨ ਤਾਂ ਦੇ ਦਿੱਤੇ, ਪਰ ਅਬੋਲ ਚੁੱਪ ਹੋਣ ਦਾ ਕਾਰਨ ਕਵਨ ਕੀ ਹੈ? ਤੁਸੀਂ ਚੁੱਪ ਕਿਉਂ ਰਹੇ ਹੋ? ਕੋਈ ਬਚਨ ਨਹੀਂ ਕੀਤਾ, ਰਹਾਓ, ਵਿਸਰਾਮ ਦੇ ਕੇ ਕਿਰਪਾ ਕਰ ਰਹੇ ਆ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਹੇ ਮਾਧੋ, ਮਾਇਆ ਦੇ ਧਉ ਪਤੀ ਪਰਮੇਸ਼ਰ ਜੀ, ਆਪ ਜੀ ਥੇ ਤੋਂ ਬਹੁਤ ਅਨੇਕਾਂ ਜਨਮ ਦੇ ਵਿਛੜੇ ਹੋਏ ਹਾਂ। ਹੁਣ ਇਹ ਮਨੁੱਖਾ ਜਨਮ ਆਪ ਜੀ ਦੀ ਪ੍ਰਾਪਤੀ ਭਗਤੀ ਕਰਨ ਵਾਸਤੇ ਤੁਹਾਡੇ ਲੇਖੇ ਅਰਥ ਭਾਵ ਇਹ ਮਿਲਿਆ ਹੈ, ਲੱਗ ਜਾਵੇ, ਪ੍ਰਵਾਨ ਹੋ ਜਾਵੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਕਹਿ ਤੋਂ ਭਾਵ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਜੀ, ਮੈਂ ਤਾਂ ਆਪ ਜੀ ਦੇ ਦਰਸ਼ਨ ਦੀਦਾਰਾਂ ਦੀ ਆਸਾ ਵਿੱਚ ਲੱਗਾ ਹੋਇਆ ਜਿਉਂਦਾ ਹਾਂ, ਕਿਉਂਕਿ ਆਪ ਜੀ ਦੇ ਦਰਸ਼ਨ ਦੀਦਾਰ ਵੇਖਿਆ ਚਿਰ ਬਹੁਤ ਸਮਾਂ ਹੋ ਗਿਆ ਸੀ, ਹੁਣ ਤੁਸੀਂ ਬੋਲਦੇ ਨਹੀਂ, ਕੀ ਕਾਰਨ ਹੈ? ਸੋ ਭਗਤ ਰਵਿਦਾਸ ਜੀ ਨੂੰ ਜਦੋਂ ਪਰਮੇਸ਼ਰ ਦੇ ਪਹਿਲੀ ਵਾਰ ਸਰਗੁਣ ਸਰੂਪ ਵਿੱਚ ਦਰਸ਼ਨ ਹੋਏ ਤਾਂ ਸ੍ਰੀ ਰਾਗ ਵਿੱਚ ਜੋ ਪਿੱਛੇ ਅਸੀਂ ਸ਼ਬਦ ਪੜ੍ਹ ਆਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਉਚਾਰਨ ਕੀਤਾ।
ਦੂਸਰੀ ਵਾਰ ਪਰਮੇਸ਼ਰ ਦੇ ਦਰਸ਼ਨ ਹੋਏ ਤਾਂ ਇਹ ਸ਼ਬਦ ਜਬ ਹਮ ਹੋਤੇ ਤਬ ਤੂੰ ਨਾਹੀ ਇਹ ਉਚਾਰਨ ਕੀਤਾ। ਜਦੋਂ ਤੀਸਰੀ ਵਾਰ ਦਰਸ਼ਨ ਹੋਏ ਤਾਂ ਇਹ ਉਪਰੋਕਤ ਸ਼ਬਦ ਉਚਾਰਨ ਕੀਤਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।